ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਮੈਂ ਪ੍ਰਿੰਸ ਦਿਓੜਾ ਗੱਲ ਕਰ ਰਿਹਾ ਜੀ, ਬਾਲਾਜੀ ਜੋਬ ਪਲੇਸਮੈਂਟ ਸਰਵਿਸ ਤੋਂ। ਜਿਵੇਂ ਕਿ ਹੁਣ ਆਪਾਂ ਫਿਰ ਰੂਬਰੂ ਹੋ ਰਹੇ ਹਾਂ ਜੀ ਇੱਕ ਹੋਰ ਨਵੀਂ ਸਟੋਰੀ ਦੇ ਨਾਲ, ਅਤੇ ਦੇਖੋ ਅਸੀਂ ਇੱਕ ਬਹੁਤ ਹੀ ਅੱਛੀ ਵੈਕੈਂਸੀ ਸੀ ਸਾਡੇ ਕੋਲ ਮੋਗਾ ਸਿਟੀ ਦੇ ਵਿੱਚ, ਜੋ ਕਿ ਪ੍ਰੋਡਕਸ਼ਨ ਸੁਪਰਵਾਈਜ਼ਰ, ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਾਰੇ ਮਟੀਰੀਅਲ ਤਿਆਰ ਹੋਣਾ ਹੁੰਦਾ ਗਾ, ਅਤੇ ਜਿਨ੍ਹਾਂ ਨੂੰ ਜਿਸ ਵੈਕੈਂਸੀ ਨੂੰ ਕਰੈਕ ਕੀਤਾ ਸੀਗਾ ਬ੍ਰਦਰ ਨੇ, ਜੋ ਆਪਣੇ ਕੋਲ ਆਏ ਹੋਏ ਨੇ, ਅੱਜ ਆਪਣੇ ਡਾਕੂਮੈਂਟ ਲੈਣ ਆਏ ਨੇ, ਕਿਉਂਕਿ ਇਹਨਾਂ ਦਾ ਮੰਥ ਆਲਮੋਸਟ ਮੰਥ ਹੋ ਗਿਆ। ਕੀ ਨਾਮ ਕੀ ਹੈ ਜੀ ਆਪਣਾ? ਵਿਕਾਸ ਕੁਮਾਰ। ਵਿਕਾਸ ਕੁਮਾਰ, ਵਿਕਾਸ ਕੁਮਾਰ ਜੀ, ਤੁਸੀਂ ਸਾਡੇ ਨਾਲ ਹੁਣ ਇੱਕ ਵਾਰ ਇੱਕ ਆਲਮੋਸਟ ਮੰਥ ਤੋਂ ਜੁੜੇ ਹੋਏ ਹੋ, ਤੁਹਾਨੂੰ ਕਿੱਦਾਂ ਲੱਗਾ ਸਾਡੀ ਕੰਪਨੀ ਨਾਲ ਜੁੜ ਕੇ, ਕਿੱਦਾਂ ਲੱਗਾ ਤੁਹਾਨੂੰ ਇੱਥੇ ਸਰਵਿਸ ਪ੍ਰੋਵਾਈਡ ਜੋ ਹੋਈ ਹੈ, ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ? ਸਰ, ਸਰਵਿਸ ਤਾਂ ਬਹੁਤ ਵਧੀਆ ਪ੍ਰੋਵਾਈਡ ਹੋਈ ਮੈਨੂੰ, ਜਿਹੜੀ ਮੈਂ ਵੈਕੈਂਸੀ ਚਾਹੁੰਦਾ ਸੀ ਮੈਨੂੰ ਉਹ ਤੋਂ ਵੀ ਬੈਟਰ ਮਿਲੀ ਆ। ਉਹਨਾਂ ਦਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਵਧੀਆ ਸਾਰੇ ਨਾਲ ਕਰਦੇ ਆ, ਜਿਵੇਂ ਕਿ ਮੇਰਾ ਉੱਥੇ ਰੋਲ ਹੈ ਪ੍ਰੋਡਕਸ਼ਨ ਸੁਪਰਵਾਈਜ਼ਰ ਦਾ, ਮੇਰੇ ਅੰਡਰ 20-25 ਬੰਦੇ ਕੰਮ ਕਰਦੇ ਪਏ ਆ, ਮੇਰੀ ਸੁਣਦੇ ਵੀ ਹੈ, ਜਿਹੜੇ ਮਾਲਕ ਆ ਉਹ ਵੀ ਆਪਣੀ ਰਿਸਪੈਕਟ ਕਰਦੇ, ਸਾਰੇ ਰਿਸਪੈਕਟ ਕਰਦੇ ਆ, ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਆਲ ਓਵਰ ਇੱਥੋਂ ਦੇ ਸਟਾਫ ਬਹੁਤ ਵਧੀਆ ਲੱਗਿਆ, ਜਿੱਥੇ ਮੈਂ ਜੋਬ ਕਰ ਰਿਹਾ ਕੁਬੇਰ ਇੰਡਸਟਰੀਜ਼ ਮੋਗਾ ਫੋਕਲ ਪੁਆਇੰਟ, ਉੱਥੇ ਵੀ ਬਹੁਤ ਵਧੀਆ ਸਟਾਫ ਮਿਲਿਆ ਮੈਨੂੰ। ਮੈਂ ਸਪੈਸ਼ਲੀ ਗੱਲ ਕਰਨਾ ਚਾਹੂੰਗਾ ਜਿਹੜੇ ਉੱਥੋਂ ਦੇ ਓਨਰ ਨੇ, ਉੱਥੋਂ ਦੇ ਮਾਲਕ ਨੇ, ਜਿਵੇਂ ਕਿ ਮੈਂ ਜ਼ਿਆਦਾਤਰ ਜਿੰਨਾ ਵੀ ਮੇਰਾ ਉੱਥੇ ਸਟਾਫ ਆ ਉਹਨਾਂ ਦਾ, ਉਹਨਾਂ ਵੱਲੋਂ ਬਹੁਤ ਅੱਛਾ ਰਿਵਿਊ ਰਿਹਾ ਓਨਰ ਦੇ ਲਈ, ਅਤੇ ਤੁਹਾਡਾ ਕੀ ਰਿਹਾ, ਤੁਹਾਡੇ ਵੱਲੋਂ ਕੀ ਆਪਣਾ ਰਿਵਿਊ ਹੈਗਾ ਓਨਰ ਵਾਸਤੇ? ਸਰ, ਬਹੁਤ ਵਧੀਆ, ਉਹਨਾਂ ਦਾ ਬਿਹੇਵੀਅਰ ਬਹੁਤ ਵਧੀਆ ਉਹਨਾਂ ਦਾ ਜੀ, ਇੱਥੋਂ ਤੱਕ ਲੈ ਕੇ ਸਟਾਫ ਤੋਂ ਲੈ ਕੇ ਲੇਬਰ ਤੱਕ ਉਹਨਾਂ ਦਾ ਕੋਈ ਭੇਦਭਾਵ ਨਹੀਂ ਕਰਦੇ ਉਹ। ਨਹੀਂ ਨਹੀਂ, ਬਹੁਤ ਵਧੀਆ ਜੀ, ਇਹੀ ਦੇਖੋ ਇਹੀ ਕੁਆਲਿਟੀਜ਼ ਹੁੰਦੀਆਂ ਨੇ ਇੱਕ ਚੰਗੇ ਓਨਰ ਦੀਆਂ ਹਮੇਸ਼ਾ। ਅਤੇ ਹੁਣ ਇਹ ਦੱਸੋ ਵੀ ਤੁਸੀਂ ਅੱਜ ਡਾਕੂਮੈਂਟ ਤੁਹਾਡਾ ਜੋ ਲੈਣ ਆਏ ਹੋ ਹੈ ਨਾ, ਜੋ ਸਾਡਾ ਸਾਡੀ ਰਿਸਪੋਂਸੀਬਿਲਟੀ ਆ, ਤੁਸੀਂ ਸਾਡੇ ਸਾਰੀਆਂ ਸ਼ਰਤਾਂ ਨੂੰ ਓਕੇ ਕੀਤਾ ਗਾ, ਅਤੇ ਤੁਹਾਡੇ ਨਾਲ ਸਾਡਾ ਜੋ ਵੀ ਆਪਣਾ ਐਗਰੀਮੈਂਟ ਸੀਗਾ ਅੱਜ ਜੋ ਫਿਨਿਸ਼ ਹੁੰਦਾ ਗਾ, ਤੁਹਾਡੇ ਡਾਕੂਮੈਂਟਸ ਹੈ ਤੁਹਾਡਾ, ਆਈ ਥਿੰਕ ਇੱਕ ਡਾਕੂਮੈਂਟ ਤੁਹਾਡਾ ਹੈਗਾ ਪਲੱਸ ਟੂ ਦਾ ਅਤੇ ਇੱਕ ਹੈਗਾ ਮੈਟ੍ਰਿਕ ਦਾ, ਰਾਈਟ ਜੀ ਸਰ? ਆ ਦੋਨੋਂ ਡਾਕੂਮੈਂਟ ਤੁਸੀਂ ਆਪਦੇ ਸਾਡੇ ਕੋਲੋਂ ਹੈਂਡ ਓਵਰ ਕਰੋ। ਥੈਂਕ ਯੂ। ਠੀਕ ਹੈ ਜੀ, ਐਂਡ ਹੁਣ ਸਾਰੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਨੇ, ਜਿਨ੍ਹਾਂ ਨੂੰ ਆਪਣਾ ਨਹੀਂ ਪਤਾ ਬਾਲਾਜੀ ਪਲੇਸਮੈਂਟ ਕੋਲ ਕਿੱਦਾਂ ਪਹੁੰਚੀਏ ਜਾਂ ਕੀ ਇਹ ਕੰਪਨੀ ਰਾਈਟ ਆ ਰੋਂਗ ਆ, 100 ਤਰ੍ਹਾਂ ਦੇ ਸਵਾਲ ਹੁੰਦੇ ਨੇ ਹਨ, ਅਤੇ ਤੁਹਾਡਾ ਕੀ ਵਿਚਾਰ ਆ, ਲੋਕਾਂ ਨੂੰ ਕੀ ਗਾਈਡ ਕਰਨਾ ਚਾਹੁੰਦੇ ਹੋ ਤੁਸੀਂ? ਮੈਂ ਸਰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਅੱਜ ਕੱਲ੍ਹ ਇੰਟਰਨੈਟ ਸਭ ਕੋਲ ਆ, ਨੈੱਟ 'ਤੇ ਸਰਚ ਕਰਦੇ, ਗੂਗਲ 'ਤੇ ਸਰਚ ਕਰਦੇ ਬਾਲਾਜੀ ਪਲੇਸਮੈਂਟ, ਅਤੇ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਕਰੋ, ਆਲ ਓਵਰ ਸਟਾਫ ਬਹੁਤ ਵਧੀਆ, ਤੁਹਾਨੂੰ ਵਿਦਿਨ 2 ਜਾਂ 3 ਆਵਰਸ ਦੇ ਵਿੱਚ ਜੋਬ ਪ੍ਰੋਵਾਈਡ ਕੀਤੀ ਜਾਊਗੀ ਤੁਹਾਡੀ ਫੀਲਡ ਦੇ ਵਿੱਚ, ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਤੁਸੀਂ ਵੱਧ ਤੋਂ ਵੱਧ ਇੱਥੇ ਪਹੁੰਚੋ। ਜਿਵੇਂ ਕਿ ਬ੍ਰਦਰ ਨੇ ਸਾਰਿਆਂ ਨੂੰ ਸਮਝਾਇਆ ਹੈਗਾ ਵਾ ਵੀ ਸਾਡੇ ਕੋਲ ਆਉਣ ਦੇ ਜੋ ਬੈਨੀਫਿਟ ਆ ਨਾ, ਹਰ ਇੱਕ ਨੂੰ ਮਿਲਦੇ ਆ, ਜੇ ਕੋਈ ਸਾਡੇ ਕੋਲ ਕੋਈ ਅਪਲਾਈ ਕਰਦਾ ਵਾ, ਜੋ ਵੀ ਸਾਡੀ ਕੰਪਨੀ ਕਰ ਸਕਦੀ ਅਸੀਂ ਆਪਦੇ ਵੱਲੋਂ 100% ਸਾਡੀ ਕੋਸ਼ਿਸ਼ ਹੁੰਦੀ ਆ, ਅਤੇ ਕਾਫੀ ਅੱਛਾ ਸਕਸੈਸ ਰੇਟ ਆ ਸਾਡੀ ਏਜੰਸੀ ਦਾ, ਜਿਹਦੇ ਕਿ ਅਸੀਂ ਜੋ ਵੀ ਡੀਲ ਕਰਦੇ ਹਾਂ ਫਾਈਨਲਾਈਜ਼ ਕਰ ਦਿੰਦੇ ਹਾਂ, ਉਹ ਸਾਰੀ ਤੁਹਾਨੂੰ ਡਿਟੇਲਸ ਔਨਲਾਈਨ ਵੀ ਮਿਲ ਪਾਉਂਦੀਆਂ ਨੇ। ਦੇਖੋ ਦੂਜੀ ਏਜੰਸੀ ਦੇ ਵਿੱਚ ਇਹ ਹੁੰਦਾ ਗਾ ਵੀ ਹਰ ਬੰਦੇ ਨੂੰ ਆਪਣਾ ਕੰਮ ਕਰਨ ਦਾ ਢੰਗ ਹੁੰਦਾ, ਸਾਡਾ ਜੋ ਕੰਮ ਕਰਨ ਦਾ ਢੰਗ ਆ ਦੁਨੀਆ ਮੂਹਰੇ ਅਸੀਂ ਉਹ ਰੱਖਿਆ ਹੋਇਆ ਗਾ, ਤਾਂ ਕਿ ਜੇ ਤੁਸੀਂ ਭੈਣ ਭਰਾ ਘਰ ਫ੍ਰੀ ਬੈਠੇ ਹੋ ਕੁਛ ਕਰਨਾ ਚਾਹੁੰਦੇ ਹੋ, ਜਿਵੇਂ ਕਿ ਅਸੀਂ ਕਈ ਤਰ੍ਹਾਂ ਦੇ ਇੱਕ ਬਿਜ਼ਨਸ ਅਸੀਂ ਔਨਲਾਈਨ ਵੀ ਲੈ ਕੇ ਆਉਂਦਾ ਵਾ, ਜੋ ਕਿ ਅਸੀਂ ਜੋ ਕੁੜੀਆਂ ਜੋ ਮੁੰਡੇ ਘਰ ਬਹਿ ਕੇ ਕੁਛ ਐਕਸਟਰਾ ਵੀ ਕੋਈ ਕੰਮ ਕਰਨਾ ਚਾਹੁੰਦੇ ਨੇ, ਅਸੀਂ ਇੱਕ ਬਿਜ਼ਨਸ ਲੈ ਕੇ ਆਉਂਦਾ ਜੋ ਕਿ ਅਸੀਂ ਲੋਕਾਂ ਨੂੰ ਸਿਖਾਉਂਦੇ ਹਾਂ ਵੀ ਘਰ ਬੈਠੇ ਕਿਵੇਂ ਆਪਦੀ ਅਰਨਿੰਗ ਕਰ ਸਕਦੇ ਹੋ, ਛੋਟਾ ਜਿਹਾ ਬਿਜ਼ਨਸ ਘਰ ਬੈਠੇ ਵੀ ਸ਼ੁਰੂ ਕਰ ਸਕਦੇ ਹੋ ਤੁਸੀਂ, ਅਤੇ ਕੋਈ ਵੀ ਭੈਣ ਭਰਾ ਜੋਬ ਲੈਣਾ ਚਾਹਵੇ ਜਾਂ ਸਾਡੀ ਕੰਪਨੀ ਦੀ ਕੋਈ ਵੀ ਜੋਬ ਦੀ ਜਾਣਕਾਰੀ ਜਾਂ ਜੋ ਨਵੀਆਂ ਵੈਕੈਂਸੀਜ਼ ਆ ਰਹੀਆਂ ਨੇ ਜਾਂ ਜੋ ਵੈਕੈਂਸੀਜ਼ ਡਨ ਹੋ ਰਹੇ ਨੇ, ਉਹ ਸਭ ਦੀ ਜਾਣਕਾਰੀ ਤੁਹਾਨੂੰ ਸਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਮਿਲੇਗੀ। ਠੀਕ ਹੈ, ਧੰਨਵਾਦ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।